ਉਹ ਸੜਕਾਂ ਜਾਮ ਕਰੂਗਾ। ਜਿਸ ਤਰ੍ਹਾਂ ਅਸੀਂ ਅੱਗੇ ਤੋਂ ਅੱਗੇ ਆ ਰਹੇ ਹਾਂ, ਉਸ ਤਰ੍ਹਾਂ ਸਾਡਾ ਸਾਰਾ ਸਮਾਜ ਇਕੱਠਾ ਹੋ ਕੇ ਪੂਰੇ ਇੰਡੀਆ ਦੇ ਵਿੱਚ ਇਸ ਤੋਂ ਵੱਡਾ ਪ੍ਰੋਟੈਸਟ ਕਰੂਗਾ। ਹਾਂਜੀ, ਵਾਈਸ ਚੇਅਰਮੈਨ ਹਰਜੀਤ ਸਿੰਘ ਸਾਹਿਬ ਜੀ ਦਾ ਪੁਤਲਾ ਸਾੜਿਆ ਵਾ, ਇਸ ਕਰਕੇ ਵੀ ਰਵਿਦਾਸ ਮਹਾਰਾਜ ਜੀ ਦਾ ਜੋ ਘਰੋਨੀ ਹਗਤ ਕੀਤੀ ਹੈ, ਇਹਨਾਂ ਨੇ ਮੰਦਰ ਢਾਇਆ ਹੈ, ਉਹਨਾਂ ਨੂੰ ਅਸਾੜੀ ਨਾ ਕੀਤੀ ਅਤੇ ਇਸ ਤੋਂ ਵੀ ਵੱਡਾ ਸੰਘਰਸ਼ ਲੰਘਿਆ ਜਾਏਗਾ। ਇਹ ਜਲਦੀ ਤੋਂ ਜਲਦੀ ਮੰਦਰ ਉਸਾਰਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰੰਗਰੇਟਾ ਯੂਥ ਏਕਤਾ ਨਿਰਮਲ ਸਿੰਘ, ਪੰਜਾਬ ਪ੍ਰਧਾਨ, ਅੱਜ ਜੋ ਇੱਥੇ ਰੋਡ ਪ੍ਰੋਟੈਕਸ਼ਨ, ਜੋ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਜੋ ਦਿੱਲੀ ਦੇ ਵਿੱਚ ਰਵਿਦਾਸ ਭਗਵਾਨ ਜੀ ਦਾ ਉਹਨਾਂ ਨੇ ਜੋ ਉੱਥੇ ਮੰਦਰ ਜਿਹੜਾ ਢਾਇਆ ਹੈ, ਉਸ ਦੇ ਵਿੱਚ ਅੱਜ ਪੂਰਾ ਭਾਰਤ ਬੰਦ ਅਤੇ ਪੰਜਾਬ ਬੰਦ, ਇੰਡੀਆ ਬੰਦ ਅਤੇ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ ਵੱਲੋਂ ਰੋਡ ਪ੍ਰੋਟੈਕਸ਼ਨ ਅਤੇ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਜੇ ਮੰਦਰ ਦੀ ਉਸਾਰੀ ਨਾ ਕੀਤੀ ਗਈ ਤਾਂ ਇਸ ਤੋਂ ਵੱਡਾ ਰੋਡ ਪ੍ਰਦਰਸ਼ਨ ਅਤੇ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਇਸ ਕਰਕੇ ਅਸੀਂ ਜਿੰਨੇ ਵੀ ਮੂਲ ਨਿਵਾਸੀ ਅਤੇ ਜਿੰਨਾ ਵੀ ਸਾਡਾ ਸਮਾਜ ਭਾਈਚਾਰਾ ਅਤੇ ਜਿੰਨੀਆਂ ਵੀ ਜਥੇਬੰਦੀਆਂ, ਇਹ ਜੇ ਮੰਦਰ ਦੀ ਉਸਾਰੀ ਨਾ ਹੋਈ ਤਾਂ ਇਸ ਤੋਂ ਵੱਡੇ ਰੋਡ ਪ੍ਰਦਰਸ਼ਨ ਅਤੇ ਵੱਡੇ ਵੱਡੇ ਧਰਨੇ ਲਾਏ ਜਾਣਗੇ ਅਤੇ ਪੁਤਲੇ ਫੂਕੇ ਜਾਣਗੇ। ਪੂਰਾ ਭਾਰਤ, ਪੂਰਾ ਇੰਡੀਆ, ਪੂਰਾ ਪੰਜਾਬ ਬੰਦ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ, ਸਤਿਗੁਰੂ ਵਾਲਮੀਕਿ ਮਹਾਰਾਜ ਕੀ ਜੈ। ਇਹ ਜੋ ਨਰਿੰਦਰ ਮੋਦੀ ਸਰਕਾਰ ਨੇ ਅਤੇ ਕੇਜਰੀਵਾਲ ਸਰਕਾਰ ਨੇ ਰਲ ਕੇ ਦਿੱਲੀ ਵਿਖੇ ਤੁਗਲਕਾ ਬਾਗ ਉੱਤੇ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨਾਲ ਛੇੜਛਾੜ ਕੀਤੀ ਆ, ਉਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਵੀ ਕਿਸੇ ਸਰਕਾਰ ਨੇ ਐਸੀ ਸਮਾਜ ਨਾਲ ਜਾਂ ਐਸੀ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਨਾਲ ਛੇੜਛਾੜ ਕੀਤੀ, ਉਹਨਾਂ ਨੂੰ ਇਹਦਾ ਜਿਹੜਾ ਖਮਿਆਜਾ ਭੁਗਤਣਾ ਪਿਆ। 2 ਅਪ੍ਰੈਲ ਨੂੰ ਹੀ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਜਿਹੜੀ ਇਹ ਛੇੜਛਾੜ ਕੀਤੀ ਅਤੇ 2 ਅਪ੍ਰੈਲ ਨੂੰ ਭਾਰਤ ਬੰਦ ਦੀ ਕਾਲ ਕੀਤੀ ਗਈ ਸੀ। ਉਸੇ ਤਰ੍ਹਾਂ ਹੀ ਅੱਜ ਵੀ ਇਹਨਾਂ ਸਰਕਾਰਾਂ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਨਾਲ ਕੋਈ ਛੇੜਛਾੜ ਹੋਈ ਤਾਂ ਜਿਹੜਾ ਭਾਰਤ ਵਿੱਚ ਨੁਕਸਾਨ ਹੋਊਗਾ ਉਹਦੀਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਐਸੀ ਸਮਾਜ ਸਦਾ ਕੁਰਬਾਨੀਆਂ ਦਿੰਦਾ ਰਿਹਾ ਅਤੇ ਹੁਣ ਵੀ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟੂਗਾ। ਇਸ ਕਰਕੇ ਸਾਰਾ ਹੀ ਸਿੱਖ ਪੰਥ, ਜੋ ਵੀ ਸਾਡਾ ਵਾਲਮੀਕ ਸਮਾਜ, ਰਵਿਦਾਸ ਸਮਾਜ, ਇਹ ਸਾਰੇ ਇੱਕ ਰੀੜ੍ਹ ਦੀ ਹੱਡੀ ਆ, ਇਹ ਲੜਨੋਂ ਪਿਛਾਂ ਕਦੀ ਨਹੀਂ ਹਟਣਗੇ। ਇਹ ਸਰਕਾਰਾਂ ਨੂੰ ਚੇਤਾਵਨੀ ਆ, ਜੇ ਆਪਣੀਆਂ ਕੋਝੀਆਂ ਹਰਕਤਾਂ ਤੋਂ ਇਹ ਆਵਾਜ਼ ਨਾ ਆਏ ਤਾਂ ਜੋ ਵੀ ਹਿੰਦੁਸਤਾਨ ਦੇ ਹਾਲਾਤ ਹੋਣਗੇ ਉਹਨਾਂ ਦੀਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਮੋਦੀ ਸਰਕਾਰ, ਮੋਦੀ ਕੁੱਤਾ ਮਰ ਗਿਆ, ਮੋਦੀ ਸਰਕਾਰ, ਮੋਦੀ ਕੁੱਤਾ ਮਰ ਗਿਆ, ਮੋਦੀ ਵੈਲੀ, ਮੋਦੀ ਕੁੱਤਾ ਮਰ ਗਿਆ, ਮੋਦੀ ਵੈਲੀ ਮਰ ਗਿਆ, ਮੋਦੀ ਕੁੱਤਾ ਮਰ ਗਿਆ, ਮਰ ਗਿਆ, ਮੋਦੀ ਕੁੱਤਾ ਮਰ ਗਿਆ, ਮੋਦੀ ਮਰ ਗਿਆ, ਮੋਦੀ ਸਰਕਾਰ, ਕੁੱਤਾ ਮਰ ਗਿਆ, ਮੋਦੀ ਸਰਕਾਰ, ਕੁੱਤਾ ਮਰ ਗਿਆ, ਮੋਦੀ ਕੁੱਤਾ ਮਰ ਗਿਆ, ਮੋਦੀ ਸਰਕਾਰ, ਮੁਰਦਾਬਾਦ।
इंडिया क्राइम न्यूज़, जुल्म के